ਇਸ ਵਕਤ ਜਾਂ ਫੇਸਬੁੱਕ ਜਾਂ YouTube ਦੇ ذریعے ਸਾਡੇ ਨਾਲ ਜਿੰਨੇ ਵੀ ਸੱਜਣ ਜੋੜਿਓ ਸਾਰਿਆਂ ਦਾ ਹੀ ਧੰਨਵਾਦ ਦੋਸਤੋ ਮੇਰਾ ਨਾਮ ਸੁਖਨਾਬ ਸਿੰਘ ਸਿੱਧੂ ਆ ਔਰ ਥੋੜੇ ਦਿਨ ਪਹਿਲਾਂ ਅਸੀਂ ਇੱਕ ਪੋਸਟ ਪਾਈ ਸੀ ਉਹ ਸੀ ਕਿ ਪੀਜੀਆਈ ਦੇ ਵਿੱਚ ਜਾਣ ਵਾਸਤੇ ਤੁਹਾਨੂੰ ਕੀ ਕਰਨ ਦੀ ਲੋੜ ਆ ਬੜੇ ਮੈਸੇਜ ਆਏ ਬਹੁਤ ਸਾਰੇ ਲੋਕਾਂ ਦੇ ਸਨੇਹੇ ਆਏ ਕਿ ਸੁਖਨਾਬ ਇਹਦੇ ਤੇ ਜਾਣਕਾਰੀ ਦਿਓ ਕਿਵੇਂ ਜਾਣਾ ਇੱਕ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਨਾ ਤਾਂ ਮੇਰੀ ਉੱਥੇ ਕੋਈ ਜੌਬ ਆ ਪੀਜੀਆਈ ਦੇ ਵਿੱਚ ਔਰ ਨਾ ਹੀ ਇਹ ਹੈ ਕਿ ਮੇਰੇ ਕੋਲੇ ਕੋਈ ਇਹੋ ਜਿਹਾ ਸਿੱਧਾ ਐਕसेस ਹੈ ਕਿ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਸਿੱਧੇ ਤਰੀਕੇ ਨਾਲ ਉੱਥੇ ਜਾ ਸਕਦੇ ਹੋ ਪਰ ਇੱਕ ਜਿਹੜਾ ਸੌਖਾ ਤੇ ਸਟੇਕ ਤਰੀਕਾ ਹੈ ਜੀ ਉਹ ਹੈ ਕਿ ਉੱਥੇ ਫੋਨ ਕਾਲ ਦੇ ਜ਼ਰੀਏ ਅਪਾਇੰਟਮੈਂਟ ਬੁੱਕ ਹੁੰਦੀ ਹੈ ਤੁਹਾਡੀ ਵਰਕਿੰਗ ਡੇ ਮਤਲਬ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜ ਦਿਨ ਹਫ਼ਤੇ ਚ ਪੰਜ ਦਿਨ ਸਵੇਰੇ 8 ਵਜੇ ਤੁਸੀਂ ਆਪਦੇ ਫੋਨ ਦੇ ਉੱਤੋਂ ਕੁਝ ਨੰਬਰ ਨੇ ਜਿਹੜੇ ਮੈਂ ਤੁਹਾਨੂੰ ਬਾਅਦ ਵਿੱਚ ਸ਼ੇਅਰ ਵੀ ਕਰ ਦੂੰਗਾ ਇੱਥੇ ਉਹ YouTube ਦੇ ਉੱਤੇ ਸਾਡੀ ਵੀਡੀਓ ਆਊਗੀ ਜਿਹੜੀ ਉਸ ਦੇ ਉੱਤੇ ਉਹ ਬਾਕਾਇਦਾ ਡਿਟੇਲ ਵੀ ਪਾ ਦੇਾਂਗੇ ਉਹ ਜਿਹੜੇ ਫੋਨ ਨੰਬਰ ਜਨੇ ਨਾ ਜੀ ਉਹਨਾਂ ਦੇ ਉੱਤੇ ਫੋਨ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਣੀ ਐ ਸਾਰੇ ਅਡਵਾਡ ਨੰਬਰ ਨੇ ਪਰ ਉਹ ਤੋਂ ਬਿਨਾ ਇੱਕ ਹੋਰ ਸਾਧਨ ਐ ਕਿਉਂਕਿ ਜਿਹੜਾ ਇਹ ਫੋਨ ਕਾਲ ਦੇ ذریعے ਤੁਸੀਂ ਉੱਥੇ ਜੁੜਦੇ ਹੋ ਪੀਜੀਆਈ ਦੇ ਨਾਲ ਤਾਂ ਪਜੀਆਈ ਦੀਆਂ ਲਾਈਨਾਂ ਬਹੁਤ ਜ਼ਿਆਦਾ ਬਿਜ਼ੀ ਹੁੰਦੀਆਂ ਸੱਤ ਅੱਠ ਸਟੇਟਾਂ ਦੇ ਲੋਕ ਆ ਜਿਹੜੇ ਉਹ ਉੱਥੇ ਟ੍ਰੀਟਮੈਂਟ ਕਰਾਉਣ ਦੇ ਵਾਸਤੇ ਪਹੁੰਚੇ ਹੁੰਦੇ ਨੇ ਜਾਂ ਉਹਨਾਂ ਨੇ ਕਾਲਾਂ ਲਾਉਣੀਆਂ ਹੁੰਦੀਆਂ ਤਾਂ ਕਰਕੇ ਉਹਨਾਂ ਦੀਆਂ ਲਾਈਨਾਂ ਲਗਾਤਾਰ ਬਿਜ਼ੀ ਹੁੰਦੀਆਂ ਬਹੁਤ ਸਾਰੇ ਲੋਕ ਕਹਿੰਦੇ ਫੋਨ ਨਹੀਂ ਲੱਗਦਾ ਔਰ ਲੱਗਦਾ ਵੀ ਨਹੀਂ ਇਹ ਵੀ ਉਹ ਹੈ ਪਰ ਮਿਹਨਤ ਕਰਕੇ ਲਾਉਣਾ ਪੈਂਦਾ ਇਹ ਤੋਂ ਵਧੀਆ ਇੱਕ ਹੋਰ ਸਾਧਨ ਹੈ ਉਹ ਹੈ ਕਿ pgimr.edu.in ਇਹ ਵੈਬਸਾਈਟ ਹੈ PGImer.edu.in ਆਪਾਂ এডਿਕੇਸ਼ਨ ਦੀ edu ਤੇ .in ਇਹ PGI ਦਾ ਪੋਰਟਲ ਹੈ ਜਿਹੜੀ ਇਹ ਇੱਥੇ ਤੁਸੀਂ ਆਨਲਾਈਨ ਆਪਦਾ ਇਲਾਜ ਕਰਾ ਸਕਦੇ ਹੋ ਉਹ ਕਿਵੇਂ ਕਿ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਪੇਜ ਦੇ ਉੱਤੇ ਜਾਣਾ ਹੈ ਵੈਬਸਾਈਟ ਤੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ এডਿਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਜਿਹਨੂੰ ਆਪਾਂ PGI ਕਰਕੇ ਜਾਣਦੇ ਹਾਂ ਉੱਥੇ ਇਰੇ ਵਾਸਤੇ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਨਾ ਮੈਨੂੰ ਫੋਨ ਕਰਨ ਦੀ ਲੋੜਾ ਨਾ ਕਿਤੇ ਹੋਰ ਤੁਸੀਂ ਸਿੱਧਾ ਜਾ ਕੰਮ ਕਰੋ ਕਿ Google ਦੇ ਉੱਤੇ PGI ਆਨਲਾਈਨ ਬੁਕਿੰਗ ਭਰੋ ਜਾਂ ਆਨਲਾਈਨ ਅਪਾਇੰਟਮੈਂਟ ਭਰੋ ਤਾਂ ਸੋਨੂੰ ਉਹ ਵੈਬਸਾਈਟ ਦਾ ਲਿੰਕ ਮਿਲ ਜਾਊ ਉਸ ਲਿੰਕ ਤੋਂ ਅੱਗੇ ਸੋਨੂੰ ਫਾਇਦਾ ਕੀ ਹੋਣਾ ਕਿ ਤੁਸੀਂ ਟ੍ਰੀਟਮੈਂਟ ਕਰਾਦਾ ਕਰਾਉਣਾ ਮਤਲਬ ਸੋਨੂੰ ਹਾਰਟ ਦੀ ਬਿਮਾਰੀ ਹੈ ਸੋਨੂੰ ਬਲੱਡ ਪ੍ਰੈਸ਼ਰ ਦੇ ਨਾਲ ਕੋਈ ਹੋਰ ਬਿਮਾਰੀ ਹੈ ਜਿਹੜਾ ਸੋਨੂੰ ਪਤਾ ਹੀ ਹੁੰਦਾ ਮਾੜਾ ਮੋਟਾ ਜਾ ਕੇ ਸਾਡਾ ਇਲਾਜ ਹੱਡੀਆਂ ਦਾ ਹੋਣਾ ਹੈ ਜੋੜਾਂ ਦਾ ਹੋਣਾ ਹੈ ਚਮੜੀ ਦਾ ਹੋਣਾ ਉਹ ਜਿਹੜੇ ডিপਾਰਟਮੈਂਟ ਦੇ ਵਿੱਚ ਜਾਣਾ ਜਦੋਂ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਵਾਲਾ ਪ੍ਰੋਸੈਸ ਸ਼ੁਰੂ ਕਰੋਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਮੂਰੇ ਸਿਲੇਕਟਡ ডিপਾਰਟਮੈਂਟ ਦਾ ਆਪਸ਼ਨ ਆਉਂਦਾ ਇਹ ਫੋਨ ਦੇ ਉੱਤੇ ਵੀ ਖੁੱਲ ਜਾਂਦਾ ਹੈ ਇਹ ਕੰਪਿਊਟਰ ਦੇ ਉੱਤੇ ਵੀ ਖੁੱਲ ਜਾਂਦਾ ਉੱਥੇ ডিপਾਰਟਮੈਂਟ ਸਿਲੇਕਟ ਕਰ ਲਓ ਫਿਰ ਤੁਸੀਂ ਆਪਦਾ ਨਾਮ ਭਰਨਾ ਹੁੰਦਾ ਉਹੀ ਜਿਵੇਂ ਫਰਸਟ ਨੇਮ ਉਸ ਤੋਂ ਬਾਅਦ ਡੇਟ ਆਫ ਬਰਥ ਸਿਲੇਕਟ ਕਰਨੀ ਹੈ ਮੈਰਿਜ ਸਟੇਟਸ ਇਹ ਕੋਈ ਬਹੁਤਾ ਜ਼ਰੂਰੀ ਨਹੀਂ ਪਰ ਪੁੱਛ ਲੈਂਦੇ ਆ ਕਿ ਮੈਰਿਟਲ ਸਟੇਟਸ ਕੀ ਹੈ ਸਪਸ ਦਾ ਨੇਮ ਵੀ ਪੁੱਛ ਲੈਂਦੇ ਆ ਨੈਸ਼ਨੈਟੀ ਪੁੱਛ ਲੈਂਦੇ ਆ ਕਿੱਥੇ ਤੁਸੀਂ ਰਹਿਣਿਓ ਆਧਾਰ ਕਾਰਡ ਵਗੈਰਾ ਵੀ ਜੇ ਹੋਵੇ ਕੋਲੇ ਤਾਂ ਦੇ ਸਕਦੇ ਹੋ ਬਸੇ ਜ਼ਰੂਰਤ ਨਹੀਂ ਆਪਦਾ ਫੋਨ ਨੰਬਰ ਜ਼ਰੂਰ ਦੇਣਾ ਹੁੰਦਾ ਉੱਥੇ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਹਾਡੇ ਮੂਰੇ ਇੱਕ ਕੋਡ ਆ ਜਾਂਦਾ ਕੈਸ਼ੇਜ ਨੂੰ ਆਪਾਂ ਕਹਨੇ ਆ ਉਹ ਉਸ ਦੇ ਨਾਲ ਉਹ ਕੋਡ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ ਮੈਸੇਜ ਆ ਜਾਂਦਾ ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਂਦਾ ਪੀਜੀਆਈ ਦੇ ਵਿੱਚ ਆਨਲਾਈਨ ਵਾਸਤੇ ਨਾਲ ਦੀ ਨਾਲ ਤੁਹਾਡੇ ਸਾਹਮਣੇ ਡੇਟ ਆ ਜਾਂਦੀ ਆ ਕਿ ਹੁਣ ਜਿਹੜੀਆਂ ਅੱਜ ਕੱਲ੍ਹ ਦੀ ਮੈਂ ਦੱਸਾਂ ਕਿ ਇੱਕ ਮਹੀਨੇ ਦੀ ਡੇਟ ਆਉਂਦੀ ਹੈ। ਇੱਕ ਮਹੀਨਾ ਜੇ ਅੱਜ ਅਸੀਂ 4 ਤਰੀਕ ਦੀ ਮੈਂ ਗੱਲ ਕਰਾਂ ਸਤੰਬਰ 4 ਆ ਤਾਂ ਤੁਹਾਡੇ ਵਾਸਤੇ ਅਕਤੂਬਰ 4 ਜਾਂ ਇਹਦੇ ਨੇੜੇ ਤੜੇ ਇੱਕ ਦੋ ਦਿਨ ਘਟ ਵੱਧ ਹੋ ਸਕਦੇ ਆ ਸਬੰਧਤ ਡਿਪਾਰਟਮੈਂਟ ਦਾ ਨੰਬਰ ਮਿਲੂਗਾ ਕਿ ਇੱਥੇ ਤੁਹਾਡੀ ਅਪਾਇੰਟਮੈਂਟ ਬੁੱਕ ਹੈ। ਜਦੋਂ ਉੱਥੇ ਤੁਹਾਡੀ ਅਪਾਇੰਟਮੈਂਟ ਬੁੱਕ ਹੋਗੀ ਇੱਕ ਮਹੀਨੇ ਬਾਅਦ। ਮਤਲਬ ਅੱਜ ਅਸੀਂ ਟਰਾਈ ਕੀਤਾ ਸਾਡੀ ਅਪਾਇੰਟਮੈਂਟ ਅੱਗੇ ਅਕਤੂਬਰ ਦੀ ਹੋਗੀ ਤਾਂ ਜੇ 4 ਅਕਤੂਬਰ ਦੀ ਡੇਟ ਆ ਨਾ ਜੀ ਤਾਂ 4 ਅਕਤੂਬਰ ਨੂੰ ਤੁਹਾਨੂੰ ਕਾਲ ਆਊਗਾ। ਉਤੋਂ ਸਾਨੂੰ ਜਾਣ ਦੀ ਲੋੜ ਨਹੀਂ ਫਿਜ਼ੀਕਲੀ ਉਹ ਤੁਹਾਡੇ ਤੋਂ ਪੁੱਛਣਗੇ ਕੀ ਬਿਮਾਰੀ ਹੈ ਸੰਬੰਧਤ ਡਾਕਟਰ ਕਾਲ ਕਰਨਗੇ ਜੇ ਤਾਂ ਕੋਈ ਇਹ ਲੱਗਦਾ ਉਹਨਾਂ ਨੂੰ ਕਿ ਇਹਨਾਂ ਦੀ ਕੋਈ ਆਪਾਂ ਨੂੰ ਮੈਡੀਕਲ ਚੈੱਕਅਪ ਕਰਾਉਣ ਦੀ ਲੋੜ ਹੈ ਕੋਈ ਇਹਨਾਂ ਦੇ ਟੈਸਟ ਕਰਾਉਣ ਦੀ ਲੋੜ ਹੈ ਫਿਰ ਤਾਂ ਉਹ ਟੈਸਟ ਜੇ ਤੁਸੀਂ ਕਰਾਏ ਹੋਏ ਆ ਉਹਦੀਆਂ ਰਿਪੋਰਟਾਂ ਮੰਗਦੇ ਆ ਅਦਰਵਾਈਜ਼ ਉਹ ਰეკਮੈਂਡ ਕਰ ਦਿੰਦੇ ਆ ਉਸ ਤੋਂ ਬਾਅਦ ਦੇ ਵਿੱਚ ਜੇ ਤਾਂ ਮਰੀਜ਼ ਉਹਨਾਂ ਨੂੰ ਇਹ ਲੱਗੇ ਕਿ ਭਾਈ ਅਸੀਂ ਤਾਂ ਡਾਇਗਨੋਸ ਕਰਤਾ ਕਿਉਂਕਿ ਬਹੁਤੇ ਵਾਰੀ ਹੁੰਦਾ ਨਾ ਮਰੀਜ਼ ਨੂੰ ਅਸੀਂ ਫੋਨ ਦੇ ਜ਼ਰੀਏ ਵੀ ਕੰਸਲਟ ਕਰ ਦਿੰਦੇ ਆ ਕਿ ਆਹ ਆਹ ਚੀਜ਼ਾਂ ਚਾਹੀਦੀਆਂ ਫਿਰ ਤਾਂ ਉਹ ਉੱਥੇ ਹੀ ਤੁਹਾਨੂੰ ਦਵਾਈ ਲਿਖ ਦਿੰਦੇ ਆ ਨਹੀਂ ਫਿਰ ਉਹ ਬੁਲਾਉਂਦੇ ਨੇ ਫਿਰ ਜਿਹੜਾ ਬੁਲਾਉਣ ਦਾ ਪ੍ਰੋਸੈਸ ਹੈ ਉਹ ਫਿਰ ਏਮਸ ਦਾ ਰਹਿ ਜਾਂਦਾ ਉਹਨਾਂ ਨੇ ਤੁਹਾਨੂੰ ਕਾਰਡ ਭੇਜਣਾ ਉਹਦੇ ਤੇ ਬਣਾ ਕੇ ਕਿ ਆਹ ਕਾਰਡ ਆ ਤੁਸੀਂ ਪ੍ਰਿੰਟ ਕਰ ਲਓ ਤੇ ਉਹ ਪ੍ਰਿੰਟ ਲੈ ਕੇ ਤੁਸੀਂ ਪੀਜੀਆਈ ਪਹੁੰਚਣਾ ਹੁੰਦਾ ਜਦੋਂ ਤੁਸੀਂ ਪੀਜੀਆਈ ਪਹੁੰਚ ਜਾਂਦੇ ਹੋ ਤਾਂ ਜਿਹੜੀ ਨਵੀਂ ਓਪੀਡੀ ਹੈ ਨਿਊ ਓਪੀਡੀ ਜਿਹਨੂੰ ਕਿਹਾ ਜਾਂਦਾ ਹੈ ਉਥੇ ਕਿਸੇ ਨੂੰ ਵੀ ਪੁੱਛ ਲੋ ਚੰਡੀਗੜ੍ਹ ਜਾ ਕੇ ਪੀਜੀਆਈ ਦੇ ਵਿੱਚ ਨਵੀਂ ਓਪੀਡੀ ਉੱਥੇ ਜਾਓਗੇ ਤਾਂ ਜਿੱਥੇ ਕਾਰ ਪਾਰਕਿੰਗ ਹੈ ਉੱਥੇ ਕਾਰ ਪਾਰਕਿੰਗ ਉੱਪਰ ਹੈ ਤੇ ਵਿਚਕਾਰਲੀ ਜਿਹੜੀ ਫਲੋਰ ਹੈ ਉੱਥੇ ਹੁਣ ਰਿਸੈਪਸ਼ਨ ਦਾ ਕਾਊਂਟਰ ਹੈ ਉੱਥੇ ਲਾਈਨ 'ਚ ਲੱਗਣਾ ਪੈਂਦਾ ਸਾਨੂੰ 15 ਕੁ ਮਿੰਟਾਂ ਬਾਅਦ ਸਾਨੂੰ ਟੋਕਨ ਮਿਲ ਜਾਂਦਾ ਹੈ ਟੋਕਨ ਇਹ ਉਹਨਾਂ ਨੂੰ ਮਿਲਦਾ ਹੈ ਜਿਹੜੇ ਵਿਅਕਤੀ ਇੱਥੋਂ ਮੈਡੀਸਨ ਲਾਈਨ ਦੇ ਵਾਸਤੇ ਗਏ ਹੁੰਦੇ ਜਿਨ੍ਹਾਂ ਦੇ ਵਾਸਤੇ ਪੀਜੀਆਈ ਨੇ ਕਾਰਡ ਬਣਾ ਕੇ ਭੇਜਿਆ ਹੁੰਦਾ ਉਸ ਕਾਰਡ ਨੂੰ ਅੱਗੇ ਤੁਸੀਂ ਜਦੋਂ ਉਹਨਾਂ ਨੂੰ ਦਿਖਾਓਗੇ ਕਾਊਂਟਰ ਵਾਲੇ ਸਟਾਫ ਨੂੰ ਉਹਨਾਂ ਨੇ ਤੁਹਾਨੂੰ ਟੋਕਨ ਦੇ ਦੇਣਾ तकरीबन 8:00 ਵਜੇ ਤੁਸੀਂ ਉੱਥੇ ਪਹੁੰਚ ਜਾਓ 15 ਮਿੰਟਾਂ ਬਾਅਦ ਵੀ 1 ਕ ਮਿੰਟਾਂ ਬਾਅਦ ਉਹ ਟੋਕਨ ਮਿਲ ਜਾਂਦਾ ਹੈ ਫਿਰ ਉਹ ਟੋਕਨ ਦਿਖਾ ਕੇ ਤੁਸੀਂ ਹਸਪਤਾਲ ਦੇ ਵਿੱਚ ਐਂਟਰ ਹੋਣਾ ਉਹਨਾਂ ਨੇ ਤੁਹਾਨੂੰ ਦੱਸਣਾ ਕਿ ਭਾਈ ਕਿਉਂਕਿ ਪੁੱਛ ਲਓ ਜਾਂ ਉਹ ਤੁਹਾਨੂੰ ਨਗਾ ਦੇਣਗੇ ਟੋਕਨ ਦੇਖ ਕੇ ਪਹਿਲੀ ਦੂਜੀ ਤੀਜੀ ਚੌਥੀ ਜਿਹੜੀ ਫਲੋਰ ਦੇ ਉੱਤੇ ਜਾਣਾ ਹੈ ਜਿਹੜੇ ਡਾਕਟਰ ਦੇ ਕੋਲੇ ਜਾਣਾ ਉਹਦੇ ਵੇਟਿੰਗ ਏਰੀਆ 'ਚ ਫਿਰ ਬੈਠਣਾ ਭੂ ਫਿਰ ਅਗਲਾ ਪ੍ਰੋਸੈਸ ਉਹ ਉਵੇਂ ਚੱਲਦਾ ਜਿਵੇਂ ਬਾਕੀ ਹਸਪਤਾਲ 'ਚ ਚੱਲਦਾ ਹੈ ਇਸ ਕਰਕੇ ਇਹ ਮੈਨੂੰ ਵਾਰ-ਵਾਰ ਸਨੇਹ ਆਏ ਸੀ ਕੁਝ ਲੋਕਾਂ ਦੇ ਪਹਿਲਾਂ ਕਿ ਪੀਜੀਆਈ ਜਾਣਾ ਤਾਂ ਚਾਹੁੰਦੇ ਆ ਇਲਾਜ ਤਾਂ ਕਰਾਉਣਾ ਚਾਹੁੰਦੇ ਆ ਪਰ ਪਤਾ ਨਹੀਂ ਲੱਗਦਾ ਕਿਵੇਂ ਹੋਵੇ ਉੱਥੇ ਸਾਨੂੰ ਡਰ ਬਹੁਤ ਲੱਗਦਾ ਹੈ ਕੋਈ ਜੀ ਉੱਥੇ ਤਾਂ ਡਾਕਟਰ ਆਪਾਂ ਅਕਸਰ ਇਹ ਸੁਣਿਆ ਹੁੰਦਾ ਸੀ ਨਾ ਕਿ ਉੱਥੇ ਤਾਂ ਬੰਦਾ ਜਿਹੜਾ ਗਿਆ ਮਰ ਕੇ ਮੁੜਦਾ ਪਰ ਜੇ ਜਾਂਦੇ ਜਾਵਾਂਗੇ ਮੁੜਾਂਗੇ ਵੀ ਜਾਂਦੇ ਜਦੋਂ ਦੇਰ ਹੀ ਬਹੁਤ ਹੋ ਜਾਂਦੀ ਹੈ ਐਮਰਜੈਂਸੀ 'ਚ ਉੱਥੇ ਲੈ ਕੇ ਜਾਂਦੇ ਹਾਂ ਨਾ ਉਦੋਂ ਸਥਿਤੀ ਮਾੜੀ ਹੈ ਦੂਜੀ ਗੱਲ ਇਹ ਹੈ ਕਿ ਤਕਰੀਬਨ 2-3 ਮਹੀਨਿਆਂ ਤੋਂ ਸਾਡੇ ਪੀਜੀਆਈ ਦੇ ਗੇੜੇ ਲੱਗ ਰਹੇ ਆ ਉਹ ਪ੍ਰੋਪਰ ਡਾਇਗਨੋਸ ਕੀਤੇ ਤੋਂ ਬਿਨਾਂ ਸਾਨੂੰ ਦਵਾਈ ਨਹੀਂ ਲਿਖਦੇ ਕੁਛ ਵੀ ਇਹੋ ਜਿਹਾ ਨਹੀਂ ਦਿੰਦੇ ਜਿਹਦਾ ਤੁਹਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੋ। ਬਾਕਾਇਦਾ ਤੌਰ ਦੇ ਉੱਤੇ ਉੱਥੇ ਜਿਹੜੀ ਹੈ ਰਿਸਰਚ ਚੱਲਦੀ ਹੈ ਸਾਰੇ ਹੀ ਜਾਣਦੇ ਆ। ਤੇ ਅਗਲੀ ਗੱਲ ਇਹ ਹੈ ਕਿ ਖਰਚਾ ਜਮਾ ਹੀ ਨਹੀਂ। 10 ਰੁਪਏ ਦੀ ਫੀਸ ਆ। 10 ਰੁਪਏ ਦੀ ਪਰਚੀ ਦੇ ਨਾਲ ਤੁਸੀਂ ਸਿਰੇ ਦੇ ਡਾਕਟਰ ਨੂੰ ਆਪਦਾ ਮੈਡੀਕਲ ਚੈੱਕਅਪ ਕਰਾ ਲੈਨੇ ਹੋ। ਸੀਨੀਅਰ ਸਿਟੀਜ਼ਨ ਤੋਂ ਤਾਂ ਕਈ ਵਾਰ ਉਹ ਵੀ ਨਹੀਂ ਲੈਂਦੇ। ਰੀਵਿਜ਼ਿਟ ਦੇ ਉੱਤੇ ਵੀ ਕਦੇ-ਕਦੇ ਪੈਸੇ ਇਹ ਨਹੀਂ ਲੈਂਦੇ। ਬਾਕੀ ਟੈਸਟ ਵਗੈਰਾ ਦੇ ਬਹੁਤ ਘੱਟ ਖਰਚੇ ਨੇ। ਆਪਰੇਸ਼ਨ ਜੇ ਕਿਤੇ ਹੁੰਦਾ ਉਹ ਤਾਂ ਗਾਂਧੀਆਂ ਗੱਲਾਂ ਨੇ। ਉਦੋਂ ਵੀ ਬਹੁਤ ਥੋੜੇ ਪੈਸਾਂ ਚ ਹੋ ਜਾਂਦਾ ਸੋ ਇਹ ਇੰਨੀ ਇੱਕ ਗੱਲਾਂ ਜ਼ਰੂਰ ਖਿਆਲ ਚ ਰੱਖੋ ਜਿਨੇ ਇਹ ਵੀਡੀਓ ਦੇਖੀ ਆ ਜੇ ਕਿਸੇ ਨੇ ਪੀਜੀਆਈ ਤੋਂ ਸੱਜਣ ਮਿੱਤਰ ਨੂੰ ਕਦੇ ਚੈੱਕਅਪ ਕਰਾਉਣ ਦੀ ਲੋੜ ਪੈਂਦੀ ਆ ਤਾਂ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾਓ ਜੇ ਤੁਹਾਡੇ ਕੋਲ ਕੋਈ ਐਡੀ ਖਤਰਨਾਕ ਬਿਮਾਰੀ ਨਹੀਂ ਜਾਂ ਐਮਰਜੈਂਸੀ ਨਹੀਂ ਆ ਤਾਂ ਜੇ ਅੱਜ ਤੁਸੀਂ ਅਪਾਇੰਟਮੈਂਟ ਬੁੱਕ ਕਰਾਉਗੇ ਮਹੀਨੇ ਦੇ ਵਿੱਚ ਵਿੱਚ ਤੁਹਾਡੀ ਵਾਰੀ ਆ ਜਾਣੀ ਆ ਹਲੇ ਕੋਵਿਡ ਦਾ ਕਰਕੇ ਇਹ ਪ੍ਰੋਸੈਸ ਚੱਲ ਰਿਹਾ ਬਾਕੀ ਟਾਈਮ ਦੇ ਵਿੱਚ ਪ੍ਰੋਸੈਸ ਇਹ ਹੁੰਦਾ ਆਨਲਾਈਨ ਦਾ ਕੈਸੋੜੀ ਬੁਕਿੰਗ ਬਣ ਜਾਂਦੀ ਹੈ ਜਦੋਂ ਤੁਸੀਂ ਉੱਥੇ ਜਾਂਦੇ ਹੋ ਉਦੋਂ ਉਹ ਪਰਚੀ ਦਿਖਾਉਣੇ ਬਾਰੀ ਉੱਥੇ ਆ ਜਾਂਦੀ ਹੈ ਲਾਈਨ 'ਚ ਲੱਗਾਂ ਦੀ ਲੋੜ ਨਹੀਂ ਪੈਂਦੀ ਇੱਕ ਯਤਨ ਹੈ ਕਿ ਜਿਹੜੀ ਮੈਡੀਕਲ ਲਾਈਨ ਦੇ ਵਿੱਚ ਲੁੱਟ ਹੁੰਦੀ ਹੈ ਲੋਕਾਂ ਦੀ ਨਿੱਕੀ ਨਿੱਕੀ ਗੱਲ ਦੇ ਵਾਸਤੇ ਸਾਨੂੰ ਹਸਪਤਾਲ ਲੈ ਜਾਣਾ ਪੈਂਦਾ ਉੱਥੇ ਫਿਰ ਟੈਸਟ ਐਂਟੀਬਾਇਓਟਿਕਸ ਟੋਨਿਕ ਸ੍ਰੀੜਾੜ ਬੜਾ ਖੋਸ਼ਾ ਮੜ ਦਿੱਤਾ ਜਾਂਦਾ ਜਿਹਦੇ 'ਚ ਡਾਕਟਰਾਂ ਦਾ ਵੱਡਾ ਹਿੱਸਾ ਹੁੰਦਾ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਪਰ ਇਹ ਸਰਕਾਰੀ ਇੰਸਟੀਚਿਊਟ ਅੱਜ ਮੈਂ ਪੀਜੀਆਈ ਦੀ ਗੱਲ ਕਰ ਰਿਹਾ ਇਹ ਸਾਡੇ ਵਾਸਤੇ ਸੱਚੀ ਵਰਦਾਨ ਹੈ ਉੱਥੇ ਫालतू ਦਵਾਈ ਨਹੀਂ ਦਿੱਤੀ ਜਾਂਦੀ ਫालतू ਗੋਲੀ ਵੀ ਨਹੀਂ ਦਿੱਤੀ ਜਾਂਦੀ ਜਿਹੜੀਆਂ ਦਿੱਤੀਆਂ ਜਾਂਦੀਆਂ ਉਹ ਬੜੀਆਂ ਸਸਤੀਆਂ ਹੁੰਦੀਆਂ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ ਹਾਂ ਬਾਰੀ ਜ਼ਰੂਰ ਔਖੀ ਆਉਂਦੀ ਹੈ ਤੇ ਉਹ ਤਾਂ ਕਿਤੇ ਵੀ ਹੋਵੇ ਬਾਰੀ ਤਾਂ ਔਖੀ ਆਉਂਦੀ ਹੋਈ ਹੈ ਜੇ ਕੈਨੇਡਾ ਦਾ ਵੀਜ਼ਾ ਲੈਣਾ ਹੋਵੇ ਅਸੀਂ ਐਮਬੈਸੀ ਦੇ ਵਿੱਚ ਕਿਵੇਂ ਖੜੇ ਰਹਿਨੇ ਆ ਇਤੋਂ ਜ਼ਿੰਦਗੀ ਹੈ ਇਹਨੂੰ ਰੀਨਿਊ ਕਰਾਉਣਾ ਹੁੰਦਾ ਆਪਾਂ ਹਸਪਤਾਲਾਂ 'ਚ ਜਾ ਕੇ ਤੇ ਉੱਥੇ ਜਾ ਕੇ ਅਸੀਂ ਖੜਦੇ ਆ ਜੇ ਟਾਈਮ ਲੱਗਦਾ ਜੇ ਚੰਗੀ ਸਿਹਤ ਦੇ ਵਾਸਤੇ ਲੱਗਦਾ ਤਾਂ ਸਾਨੂੰ ਕੋਈ ਔਖ ਮਹਿਸੂਸ ਨਹੀਂ ਹੋਣੀ ਚਾਹੀਦੀ ਖੜ ਜਾਣਾ ਚਾਹੀਦਾ ਮੇਰਾ तकरीबन ਹਰੇਕ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਾਂ ਕਦੇ ਹਫਤੇ ਬਾਅਦ ਗੇੜਾ ਲੱਗਦਾ ਹੈ 2-3 ਮਹੀਨੇ ਹੋ ਗਏ ਅਸੀਂ ਜਾਣਦੇ ਹਾਂ ਸਾਨੂੰ ਬੜਾ ਯਕੀਨ ਹੈ ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਇਹੋ ਜੀਆਂ ਸਰਕਾਰੀ ਸੰਸਥਾਵਾਂ ਦੇ ਉੱਤੇ ਯਕੀਨ ਬਣਾ ਕੇ ਰੱਖਣ ਦੀ ਲੋੜ ਵੀ ਹੁੰਦੀ ਹੈ ਜੇ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਸੁਵਾਰਨ ਦਾ ਸੁਧਾਰਨ ਦਾ ਯਤਨ ਕਰਾਂਗੇ ਤਾਂ ਕੁਝ ਲੋਕ ਹੋਰ ਵੀ ਜ਼ਿੰਮੇਵਾਰੀ ਦੇ ਨਾਲ ਅੱਗੇ ਆਉਣਗੇ ਜਿਹੜਾ ਸਟਾਫ ਹੈ ਜੇ ਉੱਥੇ ਕੋਈ ਜਾਊਗਾ ਹੀ ਨਹੀਂ ਤਾਂ ਕੰਮ ਕਿਵੇਂ ਵਧੀਆ ਕਰੂਗਾ ਜੇ ਉੱਥੇ ਬਹੁਤ ਸਾਰੇ ਲੋਕ ਜਾਣਗੇ ਤਾਂ ਉਥੇ ਬਿਨਾ ਸ਼ੱਕ ਗਲਤੀਆਂ ਵੀ ਹੋਣਗੀਆਂ ਤੇ ਉਹ ਗਲਤੀਆਂ ਨੂੰ ਸੁਧਾਰਨ ਦੇ ਵਾਸਤੇ ਕੰਪਲੇਂਟ ਤੱਕ ਅਸੀਂ ਕਰ ਸਕਦੇ ਹੁੰਦੇ ਹਾਂ ਪਰ ਇਹ ਵੀ ਹੁੰਦਾ ਕਿ ਅਸੀਂ ਇਹ ਚਾਹ ਪੀਣਿਆਂ ਦਾ ਕੱਪ ਥੱਲੇ ਰੱਖ ਦਿੰਨੇ ਆ ਉਹਨੂੰ ਗਾਰਬੇਜ ਕਰਨਾ ਜਾਂ ਉਹਨੂੰ ਡਸਟਬਨ ਦੇ ਵਿੱਚ ਪਾਉਣਾ ਤਾਂ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਨਾ ਤੇ ਕਿਤੇ ਨਾ ਕਿਤੇ ਸਮਾਜ ਨੂੰ ਸੁਧਾਰਨ ਦੇ ਵਾਸਤੇ ਜਿਹੋ ਜਿਹਾ ਯਤਨ ਆਪਾਂ ਕਰ ਸਕਦੇ ਆ ਉਹ ਜ਼ਰੂਰ ਕਰਦੇ ਰਹੀਏ ਇੱਕ ਕੋਸ਼ਿਸ਼ ਹੈ ਤੁਹਾਡੇ ਨਾਲ ਸਾਂਝ ਪਾਉਂਦੀ ਕਿਵੇਂ ਲੱਗੀ ਇਹ ਕੋਸ਼ਿਸ਼ ਜ਼ਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਜੀ